ਕਹਿੰਦੇ ਨੇ ਏਥਨ ਦਾ ਪ੍ਰਸਿੱਧ ਸੰਤ ਸੁਕਰਾਤ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ, ਐਸਾ ਕੁਛ ਵੀ ਨਹੀਂ ਜੋ ਮੈਂ ਨਹੀਂ ਜਾਣਦਾ, ਮੈਂ ਸਭ ਕੁਝ ਜਾਣਦਾ, ਮੈਨੂੰ ਸਭ ਕੁਝ ਬੋਧ ਹੈ, ਮੈਨੂੰ ਸਭ ਕੁਝ ਦਾ ਪਤਾ ਹੈ। ਪਰ ਸੁਕਰਾਤ ਕਹਿੰਦੇ ਨੇ, ਜਦ ਮੈਂ ਜਵਾਨ ਹੋਇਆ ਤੋ ਛੋਟੇ ਆਉਂਦਿਆਂ ਬੱਚਿਆਂ ਜੋ ਮੈਂ ਬੋਲ ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ। ਮੈਨੂੰ ਜਵਾਨਾਂ ਦੀ ਮਹਿਫਿਲ ਵਿਚ ਬੈਠ ਕੇ ਕਹਿਣਾ ਪਿਆ, ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਔਰ ਇਹੀ ਮਹਾਂਪੁਰਸ਼ ਕਹਿੰਦਾ, ਅੱਜ ਮੈਂ ਬੁੱਢਾ ਹੋ ਗਿਆ, ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਔਰ ਸਹੀ ਤੇ ਸੱਚੀ, ਮੈਂ ਕੁਛ ਵੀ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ। ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉੱਥੇ ਅਗਿਆਨ ਸਾਬਤ ਹੋਇਆ। ਧਰਮ ਨੂੰ ਜਾਣੇ ਬਿਨਾਂ ਕੁਛ ਵੀ ਨਹੀਂ ਜਾਣਿਆ, ਪ੍ਰਭੂ ਨੂੰ ਜਾਣੇ ਬਿਨਾਂ ਕੁਛ ਵੀ ਨਹੀਂ ਜਾਣਿਆ। ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ, ਈਸ਼ਵਰ ਨੂੰ ਨਹੀਂ ਜਾਣਿਆ।